ਸ੍ਰੀਕਾਲ ਦੋਸਤੋ ਟੈਟ ਪ੍ਰੈਪਰੇਸ਼ਨ ਦੇ ਕੰਸਰਨ ਦਾ ਮੇਰਾ ਦੂਸਰਾ ਵੀਡੀਓ ਹੈ। ਪਿਛਲੇ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਟੈਟ ਦੀ ਡੇਟ ਦੇ ਬਾਰੇ ਵੀ ਜੋ ਐਕਸਟੈਂਡ ਹੋਈ ਹੈ, ਅਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਟੈਟ ਦਾ ਸਟਰਕਚਰ ਦੱਸਾਂਗਾ ਅਤੇ ਬੈਸਟ ਬੁੱਕਸ ਜੋ ਹੈਗੀਆਂ ਟੈਟ ਕਲੀਅਰ ਕਰਨ ਵਾਸਤੇ। ਸੋ ਪਹਿਲੇ ਗੱਲ ਕਰਦੇ ਹਾਂ ਟੈਟ ਦੇ ਬਾਰੇ। ਅਗਰ ਟੈਟ ਦੇ ਪੇਪਰ ਦੇ ਮੈਂ ਸਟਰਕਚਰ ਦੀ ਗੱਲ ਕਰਾਂ, ਇਹਦੇ ਪੰਜ ਸਬ ਟੋਪਿਕ ਹੁੰਦੇ ਆ। ਜੋ ਪਹਿਲਾ ਟੋਪਿਕ ਹੈ ਉਹ ਰਿਲੇਟਡ ਹੈ ਚਾਈਲਡ ਡਿਵੈਲਪਮੈਂਟ। ਐਂਡ ਪੈਡਾਗੋਗੀ ਸੈਕਿੰਡ ਜੋ ਟੋਪਿਕ ਹੈ ਉਹ ਰਿਲੇਟਡ ਹੈ ਸਾਡੀ ਲੈਂਗੁਏਜ ਵਨ ਅਤੇ ਲੈਂਗੁਏਜ ਟੂ। ਜੋ ਲੈਂਗੁਏਜ ਵਨ ਸਾਡੀ ਹੈ ਪੰਜਾਬੀ, ਲੈਂਗੁਏਜ ਟੂ ਕੋਈ ਚੂਜ਼ ਕਰ ਸਕਦੇ ਹੋ ਇੰਗਲਿਸ਼ ਬੇਸਿਕਲੀ। ਤੋ ਜੋ ਲਾਸਟ ਦੇ ਦੋ ਸਾਡੇ ਟੀਚਿੰਗ ਸਬਜੈਕਟ ਜੋ ਅਸੀਂ ਬੀ ਐਡ ਵਿੱਚ ਪੜ੍ਹੇ ਹੁੰਦੇ ਆ। ਇਹਨਾਂ ਦੇ ਵਿੱਚੋਂ ਹਰੇਕ ਟੋਪਿਕ ਦੇ 30-30 ਕੁਐਸਚਨ ਆਉਂਦੇ ਆ। ਜੋ ਪੰਜ ਸਬ ਟੋਪਿਕ ਹੈ ਇਹਨਾਂ ਦੇ ਵਿੱਚੋਂ 30-30 ਕੁਐਸਚਨ ਬਣਦੇ ਆ, ਅਤੇ ਟੋਟਲ ਇਹਨਾਂ ਨੂੰ ਕਰੀਏ ਤਾਂ 7 ਤੋਂ 150 ਕੁਐਸਚਨਸ ਬਣਦੇ ਆ ਪੂਰੇ ਟੋਪਿਕ ਦੇ। ਅਤੇ ਈਚ ਜੋ ਕੁਐਸਚਨ ਹੈ ਇਟ ਕੈਰੀ 1 ਮਾਰਕਸ, ਤੋ ਟੋਟਲ ਬਣ ਜਾਂਦਾ ਸਾਡਾ 150 ਮਾਰਕਸ ਦਾ ਪੇਪਰ। ਤੋ ਜੇ ਟਾਈਮ ਲਿਮਿਟ ਆ ਉਹ ਹੈਗੀ ਹੈ 2.5 ਘੰਟੇ। 2.5 ਘੰਟੇ ਨੂੰ ਜੇ ਅਸੀਂ ਡਿਵਾਈਡ ਕਰ ਲਈਏ ਯਾਨੀ 120 ਜਮ੍ਹਾਂ 30 ਯਾਨੀ 150 ਮਿੰਟ ਮਿਲਦਾ ਹੈ ਸਾਨੂੰ 150 ਕੁਐਸਚਨ ਕਰਨ ਲਈ। ਤੋ ਇਹ ਇਸ ਪੇਪਰ ਦਾ ਸਟਰਕਚਰ ਹੈਗਾ। ਹੋਰ ਇਹਦੇ ਵਿੱਚ ਇੱਕ ਚੀਜ਼ ਹੈਗੀ ਹੈ, ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ, ਨੋ ਨੈਗੇਟਿਵ ਮਾਰਕਿੰਗ। ਅਤੇ ਨੈਗੇਟਿਵ ਮਾਰਕਿੰਗ ਨਹੀਂ ਹੈ ਇਸ ਚੀਜ਼ ਦਾ, ਇਸ ਪੇਪਰ ਦਾ ਬੈਨੀਫਿਟ ਹੈਗਾ, ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਅਤੇ ਇਹ ਦੇ ਟੋਪਿਕ ਹੈਗੇ ਆ ਚਾਈਲਡ ਡਿਵੈਲਪਮੈਂਟ, ਲੈਂਗੁਏਜ, ਲੈਂਗੁਏਜ 1 ਐਂਡ 2, ਅਤੇ ਟੀਚਿੰਗ ਸਬਜੈਕਟ। ਹਰੇਕ ਦੇ ਵਿੱਚ ਲੈਂਗੁਏਜ ਦਾ ਹੋਵੇ 5 ਟੋਪਿਕ ਸਾਨੂੰ ਪੈਡਾਗੋਗੀ ਜ਼ਰੂਰ ਆਉਂਦੀ ਹੈ, ਅਧਿਆਪਨ ਮੈਨੂੰ ਕਹਿੰਦੇ ਅਧਿਆਪਨ ਕਿੱਦਾਂ ਅਸੀਂ ਪੜ੍ਹਾਉਣਾ ਹੈ, ਚਾਈਲਡ ਡਿਵੈਲਪਮੈਂਟ ਕਿੱਦਾਂ ਬੱਚਿਆਂ 'ਚ ਇਨਕਲੂਡ ਕਰਨੀ ਹੈ, ਲੈਂਗੁਏਜ ਪੰਜਾਬੀ ਜਾਂ ਇੰਗਲਿਸ਼ ਨੂੰ ਕਿੱਦਾਂ ਬੱਚਿਆਂ ਨੂੰ ਪੜ੍ਹਾਉਣਾ ਹੈ, ਅਤੇ ਸਾਡੇ ਟੀਚਿੰਗ ਸਬਜੈਕਟ ਹੈ ਉਹ ਅਸੀਂ ਕਿੱਦਾਂ ਪੜ੍ਹਾਉਣੇ ਹੈ। ਬੇਸਿਕਲੀ ਜੇ ਟੀਚਿੰਗ ਸਬਜੈਕਟ ਦੀ ਗੱਲ ਕਰੀਏ ਤਾਂ ਪੇਪਰ 2 ਕੈਟਾਗਰੀ 'ਚ ਆਉਂਦਾ ਹੈ, ਸਾਇੰਸ ਮੈਥ, ਅਤੇ ਸੈਕਿੰਡ ਆਉਂਦਾ ਹੈ SST, ਅਤੇ ਮੈਥ ਵੀ ਆ ਜਾਂਦਾ 'ਚ, SST ਪੰਜਾਬੀ ਵੀ ਆ ਜਾਂਦਾ ਹੈ, SST ਹਿੰਦੀ ਵੀ ਆ ਜਾਂਦਾ ਹੈ। ਤਾਂ ਇਹ ਸਾਡੇ ਇਹਦੇ 'ਚ ਆਪਸ਼ਨ ਬਣਦੇ ਆ। ਅਤੇ ਅਸੀਂ ਬੇਸਿਕਲੀ SST ਪੰਜਾਬੀ ਜ਼ਿਆਦਾ ਅਲੋਟਡ ਹੈ ਕਿਉਂਕਿ ਸਾਡੀ ਫਸਟ ਲੈਂਗੁਏਜ 'ਚ ਪੰਜਾਬੀ ਹੈਗੀ ਹੈ। ਅਤੇ ਇਹ ਇਹਦਾ ਸਟਰਕਚਰ ਹੈਗਾ ਪੰਜਾਬ ਟੈਟ ਦੇ ਪੇਪਰ ਦਾ। ਅੱਗੇ ਦੋਸਤੋ ਗੱਲ ਕਰਦੇ ਹਾਂ ਇਹਦੇ ਵਾਸਤੇ ਬੈਸਟ ਬੁੱਕਸ ਕਿਹੜੀਆਂ ਨੇ। ਦੋਸਤੋ ਟੈਟ ਦਾ ਜੋ ਪੇਪਰ ਹੈ ਦੋ ਪਾਰਟ 'ਚ, ਦੋ ਪੇਪਰ ਹੁੰਦੇ ਇਹਦੇ, TET 1 ਅਤੇ TET 2। TET 1 ਜੋ ਹੁੰਦਾ ਹੈ ਉਹ ਹੁੰਦਾ ETT ਵਾਲਿਆਂ ਵਾਸਤੇ, ਅਤੇ TET 2 ਜੋ ਹੈ BEd ਵਾਲਿਆਂ ਵਾਸਤੇ ਹੁੰਦਾ। ਅਤੇ ਟੈਟ ਦਾ ਪੇਪਰ ਜੋ ਹੈ ਪੰਜਾਬ ਟੈਟ ਦਾ ਜਾਂ ਕਿਸੇ ਹੋਰ ਸਟੇਟ ਦਾ ਵੀ, ਤਾਂ ਇਹ ਇੱਕ ਮੇਨ ਇਲੀਜੀਬਿਲਟੀ ਕ੍ਰਾਈਟੀਰੀਆ ਹੈ ਟੀਚਰ ਦੀ ਜੋਬ ਵਾਸਤੇ। ਅਤੇ ਅਸੀਂ ਬੇਸਿਕਲੀ ਗੱਲ ਕਰਦੇ ਹਾਂ TET 2 ਦੀ। ਤਾਂ TET 2 ਦੇ ਵਾਸਤੇ ਜੋ ਬੈਸਟ ਬੁੱਕਸ ਦੀ ਅਗਰ ਮੈਂ ਗੱਲ ਕਰਾਂ, ਪਹਿਲਾ ਜੋ ਸਾਡਾ ਹੈਗਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦੇ ਵਾਸਤੇ ਅਸੀਂ BEd ਵਿੱਚ ਪੜ੍ਹੀ ਹੋਈ ਹੈ, JS ਵਾਲੀਆ ਐਜੂਕੇਸ਼ਨਲ ਸਾਈਕੋਲੋਜੀ। ਦੋਸਤੋ ਇਹ ਬੁੱਕ ਕਾਫੀ ਬੈਸਟ ਬੁੱਕ ਹੈ, ਇਹ ਤੁਹਾਨੂੰ ਕਾਫੀ ਹੈਲਪ ਕਰੇਗੀ ਚਾਈਲਡ ਡਿਵੈਲਪਮੈਂਟ ਨੂੰ ਸਮਝਣ ਦੇ ਲਈ। ਅਤੇ ਚਾਈਲਡ ਡਿਵੈਲਪਮੈਂਟ 'ਚ ਕਾਫੀ ਤਰ੍ਹਾਂ ਦੀ ਥਿਊਰੀਜ਼ ਆਉਂਦੀਆਂ, ਜੋ ਇੰਪੋਰਟੈਂਟ ਥਿਊਰੀਜ਼ ਹੈ ਜਿੱਦਾਂ ਪਿਆਜੇ ਦੀ ਥਿਊਰੀ, ਕੋਲਬਰਗ ਦੀ ਥਿਊਰੀ, ਸਕਿਨਰ ਦੀ ਥਿਊਰੀ, ਪੈਬਲੋਵ ਦੀ
ब्रूनर, बिगोस्टी, होर जी गल करें च बरूंडा, एरिक्सन, ये काफ़ी फेमस थ्योरी हैं जी टेट चाहती आदि हैं। होर भी काफ़ी ये रिलेटेड टॉपिक है गया, तुसी टेट दे सिलेबस नो देख सकते हो। सारा सिलेबस तुहानू इस बुक चो मिल जाना है जो साडा पहला टॉपिक है चाइल्ड डिवेलपमेंट का। तो जे एस वाली ये बुक काफ़ी बेस्ट बुक है। तो मैं हौली हौली ये थ्यूरीज तुहाडे नाल डिस्कस करता जावांगा, तो होप है तुसी मेरे नाल ट्यून रहोगे। अगे जे गल करिए असी लैंग्वेज की, ये आता लैंग्वेज प्रोफेंसी। प्रोफुलेंसी मतलब हो कैन यू स्पीक, हो कैन यू टीच दैट पर्टिकुलर लैंग्वेज, लैंग्वेज का कितना अध्यापन करना है। तो इस वेरियस मैथड आते, तो ये वास्ते टीचिंग ऑफ लैंग्वेज तुसी बी एड बुक्स पढ़िया होनी उसे रिकमेंड कर सकते हो। कोर लैंग्वेज की एक बैकबोन होंगी है व्याकरण और द ग्रामर। तो कोई भी तुसी लैंग्वेज चूज की है, चाहे पंजाबी, चाहे इंग्लिश, चाहे हिंदी, उसकी व्याकरण की तुहानू फुल फ्लैश नॉलेज चाहिए है। तो मैं रिकमेंड करांगा तुसी लैंग्वेज की व्याकरण की बुक जरूर पढ़ो, डिटेल विच पढ़ो, तो उस तुहानू कंप्रीहेंसिव एक पैरा आता है वो तुहानू काफ़ी हैल्पफुल होएगा उन्होंने अंडरस्टैंड करना। तो व्याकरण के काफ़ी पार्ट्स है, वीडियो मैं तुहानू डिस्कस करांगा। अगे गल आती है साडे टीचिंग सबजैक्ट की। टीचिंग सबजैक्ट्स वास्ते जो बेस्ट बुक्स है तुसी दोस्तों फस्ट क्लास तो लैके ट्वेल्थ, एटलीस्ट फस्ट तो लैके टेंथ तक पंजाब स्कूल एजुकेशन बोर्ड दिया बुक्स, लेटेस्ट सिलेबस, लेटेस्ट पढ़ना है दोस्तों, लेटेस्ट सिलेबस दिया सारिया बुक्स तुसी डिटेल च पढ़निया है, ये तुहानू हैल्प करनी है। बाकी कोई ये वास्ते सबसक्राइब बुक लैन की लोड़ नहीं है, वो इदा ही पैसे की बर्बादी है जां वेस्टेज ऑफ टाइम है। जो तुहानू बुक्स मार्केट मिल रही है, जो सुपर दी होगी, ए बी सी सीरीज़ होगी, वो तुहानू एक आइडिया दे देंदे भी पेपर इदा देना है, पर पेपर की कंप्रीहेंसिव तैयारी वास्ते तुहानू पंजाब स्कूल एजुकेशन बोर्ड दी बुक्स लैनिया ही पैनिया है। तो इहदे नाल तुसी ऐड कर सकते एक्सट्रा स्टडी वास्ते एन सी आर टी दियाँ लेटैसट बुक्स। सो साडा जो टॉपिक साइंस है, मैथ है, चाहे एस एस टी है, तो ये तुहानू बुक्स बड़े आराम नाल हैल्पफुल होणगियां तुहाडी तैयारी वास्ते। तो दोस्तों मैंने उम्मीद है तुहानू मेरा यह वीडियो पसंद आएगा, तो तुसी इस वीडियो तो जो मैं रिकमेंडेशन दी है उन्हों ध्यान नाल तुसी पढ़ोगे। तो दोस्तों सा तो एक महीने तो ज़्यादा टाइम हैगा पेपर क्लीयर करने वास्ते, मोर देन वन मंथ। तो असी डट के जो तैयारी करिए तो असी हर हाल में कर सकते हैं। तो कैटागरीज वाइज तुहानू पता है 82 मार्क्स चाहिए है, तो वैसे जनरल 90 मार्क्स चाहिए है। तो असी जो क्राइटीरिया लेके चलिए 110 मार्क्स, 110 मार्क्स का क्राइटीरिया लेके असी पढ़ना है, तो असी आराम नाल ये पेपर क्लीयर कर सकते हैं। तो दोस्तों पेपर की तैयारी सानू बड़े सुचजे ढंग नाल ते कंप्रीहेंसिव वे नाल करनी पैनी है, तो पूरी ईमानदारी ने तैयारी करनी पैनी, तो ही तैयारी हो सकती है। आलसपना, लिथार्जी कंडीशन, लेजर, सो यदी कोई इन्नी वैल्यू नहीं है ये, तो तुसी डेडिकेटेड वे नाल दी तैयारी करो। तो मैं भी हौली हौली अपना एक्सपीरियंस शेयर करता जावगा, मैं नोट्स नाल नाल बना रहा जो मैं पढ़ रहा, तो मेरी पूरी कोशिश रहेगी तुहानू मैं वो अपलोड करता जावगा। थैंक यू वेरी मच एंड गुड लक फॉर द टेट।